ਤੂਫਾਨ ਸਿੰਘ ਦੀ ਵਾਇਰਲ ਜੋ ਕਿ ਦੇਸੀ ਐਨਰਜੀ ਡਰਿੰਕ ਪੀਣ ਜਾ ਰਹੇ ਆ ਤੇ ਰਸ਼ ਤੁਸੀਂ ਦੇ ਸਕਦੇ ਜੇ ਤੇ ਇਹ ਵੀ ਤੁਹਾਨੂੰ ਦੱਸਦੇ ਵਿੱਚ ਕੀ ਪੈਂਦਾ ਤੇ ਐਂਡ ਤੱਕ ਬਣੇ ਰਹੋ ਸਾਡੇ ਨਾਲ ਚੈਨਲ ਤੇ ਨਵੇਂ ਤੋਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਹਾਂਜੀ ਗਾਈਸ ਦੇਖ ਸਕਦੇ ਹੋ ਤੁਸੀਂ ਇਹ ਸਾਰਾ ਪ੍ਰੋਸੈਸ ਚੱਲ ਰਿਹਾ ਹੈ ਕਾਫੀ ਜੋ ਕਿ ਦੂਰ ਦੂਰ ਤੋਂ ਆਏ ਹੋਏ ਲੋਕ ਵੇਟ ਕਰ ਰਹੇ ਨੇ ਤੇ ਇਹਨੂੰ ਆਪ ਦੇਖੋ ਤੂਫਾਨ ਸਿੰਘ ਜੀ ਜੋ ਕਿ ਸਾਰਾ ਮਿਸ਼ਰਣ ਹੈ ਉਹਨੂੰ ਸਾਰੇ ਨੂੰ ਜਾਣੀ ਕਿ ਰਗੜਾ ਲਾ ਰਹੇ ਨੇ ਤੇ ਰਗੜੇ ਦਾ ਜੋ ਕਿ ਟਾਈਮਿੰਗ ਹੈ 25 ਤੋਂ 30 ਮਿੰਟ ਤੱਕ ਰਹਿਣ ਵਾਲਾ ਹੈ ਤੇ ਕਾਫੀ ਜੋ ਕਿ ਪ੍ਰੋਸੈਸ ਲੰਬਾ ਹੁੰਦਾ ਹੈ ਤੇ ਕਾਫੀ ਲੋਕਾਂ ਨੂੰ ਜੋ ਕਿ ਵੇਟ ਤੇ ਜ਼ਰੂਰ ਕਰਨੀ ਪੈਂਦੀ ਹੈ ਤੇ ਇਹਨਾਂ ਨਾਲ ਗੱਲਬਾਤ ਵੀ ਕਰਾਉਂਦੇ ਹਨ ਸਾਰਾ ਕੁਝ ਤੁਹਾਨੂੰ ਇਸੇ ਵੀਡੀਓ 'ਚ ਜਾਣਕਾਰੀ ਮਿਲੇਗੀ ਇਹ ਸਾਰਾ ਪ੍ਰੋਸੈਸ ਹੁੰਦਾ ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਗੁੜ ਦੀ ਸ਼ੱਕਰ ਹੁੰਦੀ ਹੈ ਇਹਨੂੰ ਪੁਣਿਆ ਜਾ ਰਿਹਾ ਹੈ ਤੇ ਇੱਕ ਡੱਬੇ ਵਿੱਚ ਪਾਇਆ ਜਾ ਰਿਹਾ ਹੈ ਤੇ ਇਹਨਾਂ ਨੂੰ ਪਾਉਣ ਤੋਂ ਬਾਅਦ ਜੋ ਕਿ ਆ ਸ਼ਰਦਾਈ ਹੈ ਸ਼ਰਦਾਈ ਨੂੰ ਜੋ ਕਿ ਛਾਣਾ ਲਾਉਣਾ ਵੀ ਕਹਿੰਦੇ ਹਨ ਇਹਨੂੰ ਪੁਣਨਾ ਵੀ ਕਹਿੰਦੇ ਹਨ ਤੇ ਇਹਨੂੰ ਪੁਣਿਆ ਜਾਏਗਾ ਚੰਗੀ ਤਰ੍ਹਾਂ ਤੇ ਇਸ ਤੋਂ ਬਾਅਦ ਜੋ ਕਿ ਸ਼ੱਕਰ ਵਿੱਚ ਮਿਲਾਇਆ ਜਾਏਗਾ ਤੇ ਸ਼ੱਕਰ ਵਿੱਚ ਮਿਲਾਉਣ ਤੋਂ ਬਾਅਦ ਵਿੱਚ ਦੁੱਧ ਪਾਇਆ ਜਾਏਗਾ ਦੁੱਧ ਪਾਉਣ ਤੋਂ ਬਾਅਦ ਜੋ ਕਿ ਸੰਗਤ ਵਿੱਚ ਸਾਰੀ ਚੀਜ਼ ਵਰਤਾਇਆ ਜਾਏਗਾ ਤੇ ਇਹ ਕਾਫੀ ਤੁਸੀਂ ਦੇਖ ਸਕਦੇ ਕਾਫੀ ਲੰਮਾ ਪ੍ਰੋਸੈਸ ਹੁੰਦਾ ਹੈ ਟਾਈਮਿੰਗ ਕਾਫੀ ਲੱਗਦੀ ਹੈ ਤੇ ਇੱਥੇ ਰਸ਼ ਤੁਸੀਂ ਦੇਖ ਸਕਦੇ ਆ ਵੇਟਿੰਗ ਸਾਰੇ ਕਰ ਰਹੇ ਨੇ ਇੱਥੇ ਅਜੇ ਜੋ ਕਿ ਦੁੱਧ ਨਹੀਂ ਵੀ ਵਿੱਚ ਪਾਇਆ ਗਿਆ ਤੇ ਇਸ ਤੋਂ ਪਹਿਲਾਂ ਹੀ ਲੋਕ ਜੋ ਕਿ ਗਲਾਸਾਂ ਵਿੱਚ ਪਾ ਕੇ ਲੈ ਕੇ ਜਾ ਰਹੇ ਨੇ ਪੀ ਰਹੇ ਨੇ ਕਿਉਂਕਿ ਦੁੱਧ ਦੀ ਵੇਟ ਨਹੀਂ ਕਰ ਰਹੇ ਜੋ ਕਿ ਐਨਰਜੀ ਡਰਿੰਕ ਬਣ ਚੁੱਕੀ ਹੈ ਦੁੱਧ ਤੋਂ ਬਿਨਾਂ ਵੀ ਕਾਫੀ ਐਨਰਜੀ ਹੈ ਇਹਦੇ ਵਿੱਚ ਇਸ ਕਰਕੇ ਲੋਕ ਦੁੱਧ ਤੋਂ ਬਿਨਾਂ ਹੀ ਆ ਵੇਖੋ ਗਲਾਸਾਂ 'ਚ ਪਾ ਕੇ ਪੀ ਰਹੇ ਨੇ ਤੇ ਤੁਸੀਂ ਦੇਖ ਹੀ ਸਕਦੇ ਜੇ ਇਹਨਾਂ ਕੋਲ ਜਾਣੀ ਕਿ ਇੱਦਾਂ ਹੀ ਰਸ਼ ਸਾਰਾ ਦਿਨ ਹੀ ਲੱਗਾ ਰਹਿੰਦਾ ਹੈ ਜਾਣੀ ਕਿ ਸਾਨੂੰ ਅੱਧਾ ਘੰਟਾ ਹੋ ਚੁੱਕਿਆ ਤੇ ਲੋਕਾਂ ਨੂੰ ਕਾਫੀ ਜੋ ਕਿ ਵੇਟ ਵੀ ਕਰਨੀ ਪੈ ਰਹੀ ਹੈ ਤੇ ਦੁੱਧ ਤੋਂ ਬਿਨਾਂ ਹੀ ਵੇਖੋ ਹੁਣ ਤੁਸੀਂ ਪੀ ਜਾ ਰਹੇ ਨੇ ਕਾਫੀ ਭਰਾ ਭਰਾ ਕੇ ਲੈ ਗਏ ਗਲਾਸਾਂ 'ਚ ਤੇ ਬੋਤਲਾਂ 'ਚ ਵੀ ਲੋਕ ਪਵਾ ਪਵਾ ਕੇ ਲੈ ਕੇ ਜਾਂਦੇ ਹਨ ਤੇ ਤੁਸੀਂ ਇਸੇ ਤੋਂ ਅੰਦਾਜ਼ਾ ਲਾ ਸਕਦੇ ਜੋ ਕਿ ਵਾਇਰਲ ਹੈ ਇੰਨੇ ਵਾਇਰਲ ਕਿਵੇਂ ਹੋ ਗਏ ਤੂਫਾਨ ਸਿੰਘ ਜੀ ਇੰਨੇ ਵਾਇਰਲ ਕਿਵੇਂ ਹੋ ਗਏ ਤੇ ਇੱਥੇ ਹੋਰ ਵੀ ਕਾਫੀ ਥਾਂ ਜੋ ਕਿ ਸ਼ਰਦਾਈ ਲੱਗਦੀ ਹੈ ਬਟ ਸਭ ਤੋਂ ਰਸ਼ ਤੁਹਾਨੂੰ ਜ਼ਿਆਦਾ ਤੇ ਹੁਣ ਤੁਹਾਨੂੰ ਦੱਸਦੇ ਇਹਦੇ ਵਿੱਚ ਕੀ ਪਾਇਆ ਜਾਂਦਾ ਲਾਚੀਆਂ ਪੈਂਦੀਆਂ ਹਰੀਆਂ ਜਿਹੜੇ ਬੰਦੇ ਨੂੰ ਹਰਾ ਕਰਦੇ ਤਸੀਰ ਠੰਡੀ ਹੁੰਦੀ ਆ ਕਾਲੀ ਮਿਰਚ ਤੁਹਾਡਾ ਗਲਾ ਸਾਫ਼ ਕਰ ਦੂਗੀ ਸਿਆਣੇ ਕਹਿੰਦੇ ਬਦਾਮ ਖਾਣਾ ਦਿਮਾਗ ਵੱਧਦਾ ਅੱਛਾ ਆ ਤੁਹਾਡਾ ਦਿਮਾਗ ਵੀ ਵਧਾਉਣਾ ਤੇ ਨਾਲੇ ਤੁਹਾਡੀ ਹੱਡੀਆਂ ਵੀ ਮਜ਼ਬੂਤ ਕਰਨੀਆਂ ਓਕੇ ਤੁਹਾਡੀ ਖਸਖਾਸ ਹੋ ਗਈ ਤੁਹਾਡੇ ਸਰੀਰ ਦੇ ਅੰਦਰ ਦੀ ਰੋਗ ਜਿਹੜੀ ਆ ਉਹ ਦੂਰ ਕਰਦਾ ਆ ਸਾਡੀ ਸੌਫ ਹੋ ਗਈ ਜਿਹਦੀ ਤਸੀਰ ਬਹੁਤ ਠੰਡੀ ਹੁੰਦੀ ਆ ਤੁਹਾਡੇ ਅੰਦਰ ਜਾ ਕੇ ਠੰਡ ਪਾ ਦੇ ਆ ਮਗਜ ਇਹਦੇ ਵਿੱਚ ਗੁਣ ਬੜੇ ਹੁੰਦੇ ਦੁੱਧ ਨਿਕਲਦਾ ਇਹਦੇ ਵਿੱਚੋਂ ਇਹਦੇ ਨਾਲ ਤੁਹਾਡਾ ਜਿਹੜਾ ਖੂਨ ਹੈ ਉਹ ਗਾੜਾ ਹੁੰਦਾ ਵਾ ਠੀਕ ਹੈ ਜੀ ਤੇ ਇਹ ਜਿਹੜੀ ਸਾਡੀ ਚੀਜ਼ ਆ ਇਹ ਤੁਹਾਡੇ ਛਕਣ ਨਾਲ ਬਹੁਤ ਤੁਹਾਡੇ ਸਰੀਰ ਲਈ ਲਾਭਦਾਇਕ ਸਾਡੇ ਕੋਲ ਲਾਲ ਕੀ ਕਰਦੇ ਜੀ ਦੇਖੋ ਸਾਡੇ ਕੋਲ ਰਗੜਾ ਲਾ ਕੇ ਇਹਦੇ ਆ ਖਾਣਾ ਲੱਗ ਗਿਆ ਆ ਤੁਹਾਡੇ ਸਾਹਮਣੇ ਰਸਤ ਦੇਖੋ ਪਈ ਹੈ ਇੰਨੀ ਰਸਤ ਪੈਂਦੀ ਇੱਕ ਰਗੜੇ ਬਹੁਤ ਜ਼ਿਆਦਾ ਹੈ ਦੇਖ ਸਕਦੇ ਜੀ ਕਿਲੋ ਦੀ ਕੁਆਂਟੀਟੀ ਹੈਗੀ ਤੋਂ ਬਾਅਦ ਜਿੰਦ ਰਗੜੇ ਤੋਂ ਬਾਅਦ ਦੁੱਧ ਪੈਂਦਾ ਦੁੱਧ ਪੈਂਦਾ ਜੀ ਸ਼ੱਕਰ ਪੈਂਦਾ ਆ ਸਾਡੇ ਕੋਲ ਨਿੰਮ ਦੀ ਲੱਕੜ ਤੇ ਲਾਲ ਪੱਥਰ ਦੇ ਵਿੱਚ ਲਾਇਆ ਜਾਂਦਾ ਤੇ ਅੰਮ੍ਰਿਤਸਰ ਦਾ ਸਭ ਤੋਂ ਫੇਮਸ ਗੋਲਡਨ ਗੇਟ ਉਹਨਾਂ ਦੇ ਨਾਲ ਹੀ ਜੋ ਕਿ ਇੱਥੇ ਤੂਫਾਨ ਸਿੰਘ ਜੀ ਵੀ ਕਾਫੀ ਫੇਮਸ ਹੋ ਚੁੱਕੇ ਨੇ ਪਹਿਲਾਂ ਤੋਂ ਹੀ ਫੇਮਸ ਸੀ ਤੇ ਰਗੜਾ ਲਾਉਣ ਦੇ ਨਾਲ ਹੋਰ ਡਬਲ ਫੇਮਸ ਹੋ ਚੁੱਕੇ ਨੇ ਤੇ ਇੱਥੇ ਤਾਂ ਹੀ ਇਹਨਾਂ ਕੋਲ ਇੰਨਾ ਰਸ਼ ਰਹਿੰਦਾ ਹੈ ਨਹੀਂ ਤੇ ਕਾਫੀ ਜਗ੍ਹਾ ਤੁਸੀਂ ਦੇਖ ਸਕਦੇ ਸਰਦਾਈ ਤੁਹਾਨੂੰ ਦੇਖਣ ਨੂੰ ਮਿਲ ਜਾਏਗੀ ਬਟ ਰਸ਼ ਸਭ ਤੋਂ ਜ਼ਿਆਦਾ ਤੁਹਾਨੂੰ ਇੱਥੇ ਹੀ ਨਜ਼ਰ ਆਏਗਾ ਸਭ ਤੋਂ ਜਾਣੀ ਕਿ ਵਾਇਰਲ ਜਿਹੜੇ ਨੇ ਉਹ ਤੂਫਾਨ ਸਿੰਘ ਜੀ ਵੀ ਹਨ ਰਗੜਾ ਬਣਾਉਣ ਦੇ ਵਿੱਚ ਤੇ ਇਸ ਲਈ ਕਾਫੀ ਦੂਰ ਦੂਰ ਵਲੋਗਰ ਵੀ ਇਹਨਾਂ ਕੋਲ ਆਉਂਦੇ ਨੇ ਤੇ ਚਲੋ ਕਰਾਉਂਦੇ ਹਾਂ ਇਹਨਾਂ ਨਾਲ ਗੱਲਬਾਤ ਪੁੱਛਦੇ ਹਾਂ ਸਾਰੀ ਜਾਣਕਾਰੀ ਲੈਂਦੇ ਹਾਂ ਅੱਛਾ ਨਿੰਮ ਦੀ ਲੱਕੜ ਦਾ ਲੱਗ ਰਿਹਾ ਘੋਟਣਾ ਤੇ ਭਾਜੀ ਜਿਹੜੇ ਹਿਸਾਬ ਨਾਲ ਰਸ਼ ਆ ਮਸ਼ੀਨ ਕਿਉਂ ਨਹੀਂ ਲਾ ਲੈਂਦੇ
ਮਸ਼ੀਨ ਕਿਉਂ ਨਹੀਂ ਲਾਉਂਦੇ? ਭਾਜੀ ਮਸ਼ੀਨ ਦਾ ਕੰਮ ਹੁੰਦਾ ਪੀਸਣਾ। ਹਾਂਜੀ, ਜਦੋਂ ਪੀਸਦੇ ਤੇ ਇਹਦੇ ਵਿੱਚ ਜਿਹੜੇ ਵਧੀਆ ਟਿਟਾਣ ਹੁੰਦੇ ਉਹ ਮਰ ਜਾਂਦੇ ਆ। ਹਾਂਜੀ ਹਾਂਜੀ, ਆਪਾਂ ਇਹਨੂੰ ਰਗੜਨਾ ਵਾ, ਇਹਨੂੰ ਪੀਸਣਾ ਨਹੀਂ ਹੈਗਾ। ਤੁਹਾਡਾ ਕਹਿਣ ਦਾ ਮਤਲਬ ਹੱਥ ਨਾਲ ਜਿਹੜਾ ਇਹ ਵਧੀਆ ਆ? ਭਾਜੀ ਤੂੰ ਹੱਥ ਨਾਲ ਮਰਿਆਦਾ, ਉਹ ਹੱਥ ਨਾਲ ਹਰ ਇੱਕ ਜਿਹੜੀ ਚੀਜ਼ ਹੱਥ ਨਾਲ ਬਣਦੀ ਆ ਉਹਨੂੰ ਤੇ ਮਸ਼ੀਨ ਲਾਉਂਗੇ ਫਿਰ ਤੇ ਨੁਕਸਾਨ ਤੇ ਹੋਊਗਾ। ਹਾਂਜੀ, ਉਹਦੇ ਨਾਲ ਜਿਹੜੇ ਸਾਰੇ ਤੱਤ ਆ ਉਹ ਨਸ਼ਟ ਹੋ ਜਾਂਦੇ। ਮੇਰੇ ਕੋਲ ਭਾਵੇਂ ਮੇਰੇ ਕੋਲ 10 ਗਾਂਗ ਮੁੜ ਜਾਣ, ਮੈਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਜਿਹੜੇ 10 ਪੀ ਕੇ ਜਾਣ ਉਹ ਵਧੀਆ ਪੀ ਕੇ ਜਾਣ, ਉਹਨਾਂ ਨੂੰ ਪੂਰਾ ਯਾਨੀ ਕਿ ਫਾਇਦਾ ਹੋਣਾ ਚਾਹੀਦਾ। ਹਾਂ, ਮੈਂ ਤੁਹਾਡੇ ਸਾਹਮਣੇ ਕਈ ਮੁੜ ਜਾਂਦੇ, ਤੁਹਾਡੇ ਸਾਹਮਣੇ ਮੁੜਨਗੇ। ਹਾਂਜੀ ਹਾਂਜੀ ਹਾਂਜੀ, ਸ਼ਦਾਈ ਆਪਾਂ ਪੀ ਕੇ ਵੇਚ ਚੁੱਕੇ ਹਾਂ, ਬਹੁਤ ਵਧੀਆ ਆ, ਕਈ ਦੁੱਖ ਦੂਰ ਕਰਦੀ ਹੈ। ਚਲਾਤਾ ਉਦਾਂ ਸ਼ਰਦਾਈ ਦਾ ਤਾਈ, ਸਹੀ ਗੱਲ। ਤੇ ਹਾਂਜੀ ਗਾਇਜ਼, ਆਪਾਂ ਇਸ ਟਾਈਮ ਆ ਚੁੱਕੇ ਹਾਂ ਜੀ ਗੋਲਡਨ ਗੇਟ, ਅਤੇ ਗੋਲਡਨ ਗੇਟ ਦਾ ਇੱਕ ਹੀ ਚੀਜ਼ ਮਸ਼ਹੂਰ ਆ ਜਿਹੜੇ ਕਿ ਤੂਫਾਨ ਸਿੰਘ ਜੀ, ਅਤੇ ਤੂਫਾਨ ਸਿੰਘ ਜੀ ਕੋਲ ਆਪਾਂ ਆਏ ਹਾਂ, ਅਤੇ ਭਾਅ ਜੀ ਹੁਣਾਂ ਨੇ ਆਪਣੇ ਨੇ ਟਰਾਈ ਕੀਤੀ ਸ਼ਰਦਾਈ, ਅਤੇ ਕਿੱਦਾਂ ਦੀ ਲੱਗੀ ਭਾਅ ਜੀ ਦੱਸੋ ਯਾਰ। ਬਹੁਤ ਵਧੀਆ, ਗਲਾ ਵੀ ਸਾਫ਼ ਕਰਦੀ ਆ ਅਤੇ ਦੁੱਖ ਦੂਰ ਸਾਰੇ ਹੀ ਦੂਰ ਕਰਦੀ ਆ, ਬਹੁਤ ਵਧੀਆ ਵਾ। ਅਤੇ ਭੀੜ ਤੁਸੀਂ ਵੇਖ ਹੀ ਸਕਦੇ ਯਾਰ ਇਸ ਟਾਈਮ, ਕੋਈ ਭਰਾ ਰਿਹਾ 2 ਗਲਾਸ, ਕੋਈ 3 ਗਲਾਸ, ਅਤੇ ਕੋਈ ਭਰਾ ਰਿਹਾ ਬੋਤਲਾਂ। ਅਤੇ ਤੁਹਾਨੂੰ ਪਤਾ ਯਾਰ ਪਿਛਲੀ ਗਰਮੀਆਂ 'ਚ ਇੱਕ ਟਰੈਂਡ ਸੀ, ਇੱਕ ਬੰਦਾ ਚੱਲਿਆ ਸੀ ਜਿਹੜਾ ਸੀ 20% ਗੈਸ ਪੂਰੀ, ਬਟ ਉਹਦੀ ਗੈਸ ਤੂਫਾਨ ਸਿੰਘ ਜੀ ਉਹਨਾਂ ਨੇ ਕੱਢਤੀ ਹੈ, ਕਿਉਂਕਿ ਇਹ ਇਸ ਟਾਈਮ ਪਿਆਰੇ ਯਾਰ ਓਰਿਜਨਲ ਸ਼ਰਦਾਈ, ਜਿਹਨੂੰ ਪੀ ਕੇ ਯਾਰ ਸਾਰੇ ਦੁੱਖ ਵੀ ਦੂਰ ਹੋ ਜਾਂਦੇ ਅਤੇ ਗਰਮੀ ਵੀ ਦੂਰ ਹੋ ਜਾਂਦੀ ਹੈ, ਅਤੇ ਤੁਸੀਂ ਵੀ ਗਰਮੀ ਦੂਰ ਕਰਨੀ ਹੈ ਤਾਂ ਆਉਣਾ ਪੈਣਾ ਗੋਲਡਨ ਗੇਟ ਤੂਫਾਨ ਸਿੰਘ ਜੀ ਉਹਨਾਂ ਕੋਲ। ਤੁਸੀਂ ਦੇਖ ਸਕਦੇ ਕਾਫੀ ਦੂਰ ਦੂਰ ਤੱਕ ਵਲੋਗਰ ਵੀ ਆਏ ਹੋਏ ਨੇ, ਅਤੇ ਰਸ ਸ਼ਾਮ ਤੱਕ ਇੱਦਾਂ ਹੀ ਤੁਹਾਨੂੰ ਦੇਖਣ ਨੂੰ ਇੱਥੇ ਮਿਲੇਗਾ। ਅਤੇ ਗਾਇਜ਼ ਤੁਸੀਂ ਦੇਖ ਸਕਦੇ ਕਿ ਰਗੜਾ ਤਿਆਰ ਹੋਣ ਨੂੰ ਟਾਈਮ ਜ਼ਰੂਰ ਲੱਗਦਾ ਹੈ, ਲੇਕਿਨ ਖਤਮ ਹੋਣ 'ਚ ਬਿਲਕੁਲ ਵੀ ਟਾਈਮ ਨਹੀਂ ਲੱਗਦਾ, ਬਣਦਾ ਯਾਨੀ ਕਿ ਮਗਰੋਂ ਹੈ ਅਤੇ ਖਤਮ ਪਹਿਲੋਂ ਹੋ ਜਾਂਦਾ ਹੈ, ਇੰਨਾ ਯਾਨੀ ਕਿ ਲੋਕਾਂ ਵਿੱਚ ਉਤਸ਼ਾਹ ਹੈ ਦੇਸੀ ਐਨਰਜੀ ਡਰਿੰਕ ਪੀਣ ਵਿੱਚ। ਲੋਕੇਸ਼ਨ ਤੁਸੀਂ ਦੇਖ ਸਕਦੇ ਜੇ, ਦੱਸਣ ਦੀ ਜ਼ਰੂਰਤ ਨਹੀਂ ਹੈ, ਕਾਫੀ ਫੇਮਸ ਹੈ ਅੰਮ੍ਰਿਤਸਰ ਗੋਲਡਨ ਗੇਟ, ਆ ਸਕਦੇ ਟਰਾਈ ਕਰ ਸਕਦੇ। ਹੋਰ ਵੀ ਇੱਦਾਂ ਦੀਆਂ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ।